ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬ ਸ਼ਾਨ ਪੰਜਾਬ ਦੀ ਸੋਹਣੇ ਲੋਕਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸਤ ਗਰਮਾਈ ਹੋਈ ਹੈ ਤੇ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਤੇ ਕੀਤਾ ਜਾ ਰਿਹਾ, ਉੱਥੇ ਹੀ ਗੁੱਟਾਂ 'ਚ ਲੜਾਈ ਹੋਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਨੇ। ਕਾਂਗਰਸ ਪਾਰਟੀ ਦੀ ਰੈਲੀ ਜਿਸ ਵਿੱਚ ਰਾਣਾ ਕੇਪੀ ਸਿੰਘ ਸਪੀਕਰ, ਮਨੀਸ਼ ਤਿਵਾਰੀ, ਚਰਨਜੀਤ ਸਿੰਘ ਚੰਨੀ ਅਤੇ ਹੋਰ ਮੰਤਰੀ ਸਾਰੇ ਟਰੱਕ 'ਚ ਸਵਾਰ ਹੋ ਕੇ ਰੈਲੀ 'ਚ ਜਾ ਰਹੇ ਸੀ ਤਾਂ ਅੱਗੇ ਗੱਡੀਆਂ ਦਾ ਇੱਕ ਕਾਫਲਾ ਵੀ ਜਾ ਰਿਹਾ ਸੀ ਕਿ ਅਚਾਨਕ ਕੁੱਝ ਲੋਕਾਂ ਨੇ ਹਮਲਾ ਬੋਲ ਦਿੱਤਾ, ਜਿਨ੍ਹਾਂ ਦੇ ਹੱਥਾਂ 'ਚ ਤਲਵਾਰਾਂ ਤੇ ਪੱਥਰਾਂ ਨਾਲ ਗੱਡੀਆਂ ਦੇ ਸ਼ੀਸ਼ੇ ਵੀ ਤੋੜੇ ਗਏ। ਪੁਲਿਸ ਮੁਲਾਜ਼ਮਾਂ ਵੱਲੋਂ ਇਨ੍ਹਾਂ ਝੜਾਕੂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ। ਦੇਖੋ ਇਸ ਦੀਆਂ ਖਾਸ ਤਸਵੀਰਾਂ। ਹਮਲੇ ਦਾ ਸ਼ਿਕਾਰ ਹੋਏ ਵਿਦਿਆਰਥੀ ਨੇ ਇਸ ਹਮਲੇ ਦੀ ਪੂਰੀ ਗੱਲ ਦੱਸੀ ਕਿ ਕਿਹਨਾਂ ਮੁੰਡਿਆਂ ਨੇ ਉਹਨਾਂ ਤੇ ਇਹ ਹਮਲਾ ਕੀਤਾ। ਅੱਛਾ ਜੀ, ਚਮਕੌਰ ਸਾਹਿਬ। ਅੱਛਾ ਜੀ, ਤੇ ਜਿਹਨਾਂ ਨੇ ਤੁਹਾਡੇ ਤੇ ਹਮਲਾ ਕੀਤਾ ਹੋਈ ਇਹ ਰੈਲੀ 'ਚ ਕਿਉਂ ਹੋਈ ਲੜਾਈ? ਹਮਲਾ ਤਾਂ ਇਹਨਾਂ ਨੇ ਕਰਿਆ ਹੀ ਆ ਕਿ ਉੱਤੇ ਪੰਪ ਦੇ ਵੀਡੀਓ ਬਣੀ ਹੋਈ। ਕੌਣ ਬੰਦੇ ਸੀ ਇੱਥੇ? ਇੱਕ ਨੂੰ ਜਾਣਦੇ ਹੱਥ ਜਾਮਾ ਕਹਿੰਦੇ ਆ ਮੁੰਡੇ ਨੂੰ। ਅੱਛਾ, ਇਹ ਆਏ 40 ਪੰਜਾਂ ਉੱਥੇ ਵੀਡੀਓ ਬਣੀ ਹੋਈ ਆ। ਅੱਛਾ, ਤੁਹਾਨੂੰ ਪਤਾ ਵੀ ਬੰਦੇ ਹੈ ਕਿੱਥੇ ਦੇ ਜਿਹਨਾਂ ਨੇ ਹਮਲਾ ਕੀਤਾ? ਜਿਹਨਾਂ ਨੇ ਹਮਲਾ ਕੀਤਾ ਤੁਹਾਨੂੰ ਪਛਾਣ ਆ ਬੰਦੇ ਕਿੱਥੇ ਆ? ਬੰਦੇ ਇੱਕ ਦੀ ਸਾਨੂੰ ਪਛਾਣਾ ਸੀ, ਬਾਕੀ ਆ ਵੀ ਇੱਕ ਹੋਰ ਆ ਹਰਿੰਦਰ ਸਲਾਵੇ ਵਾਲਾ, ਉਹਨੇ ਪਹਿਲਾਂ ਵੀ ਇੱਕ ਮੁੰਡਾ ਮਰਵਾ ਦਿੱਤਾ ਉੱਥੇ ਦਾ। ਉੱਧਰ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਕਿਸੇ ਕਾਲਜ ਦੇ ਵਿਦਿਆਰਥੀ ਸੀ ਜਿਨ੍ਹਾਂ ਦੀ ਪਹਿਲਾਂ ਵੀ ਆਪਸ ਵਿੱਚ ਲੜਾਈ ਚੱਲਦੀ ਸੀ, ਬਾਕੀ ਪੜਤਾਲ ਕੀਤੀ ਜਾ ਰਹੀ ਹੈ। ਇਹ ਦੋਨੇ ਏਰੀਏ ਚਮਕੌਰ ਸਾਹਿਬ ਏਰੀਏ ਦੇ ਮੁੰਡੇ ਆ, ਅਤੇ ਇਹ ਗਰੁੱਪ ਤਾਂ ਨਹੀਂ ਮੈਂ ਕਹਿ ਸਕਦਾ ਖਾਸ ਪਾਰਟੀਕੁਲਰ ਗਰੁੱਪ ਹੈ, ਪਰ ਇਹਨਾਂ ਦਾ ਕੋਈ ਵਿਹਲੇ ਕਾਲਜ ਦੇ ਵਿੱਚ ਪੜ੍ਹਨ ਪੁੜਨ ਦਾ ਕੋਈ ਆਪਸ ਰੌਲਾ ਹੈਗਾ ਪੜ੍ਹਾਈ ਦੇ ਲਈ ਦਾ, ਅਤੇ ਉਹਦੇ ਸੰਬੰਧੀ ਅੱਜ ਇਹ ਕਿਤੇ ਕੁਦਰਤੀ ਇੱਕ ਦੂਸਰੇ ਦੇ ਸਾਹਮਣੇ ਆ ਗਏ ਤਾਂ ਉਹ ਅਸਲੀ ਗੱਲ ਤਾਂ ਇਹ। ਲੇਕਿਨ ਜਿਸ ਟਾਈਮ ਮਨੀਸ਼ ਤਿਵਾੜੀ ਕਾਂਗਰਸ ਕੈਂਡੀਡੇਟ ਦੀ ਰੈਲੀ ਜਾ ਰਹੀ ਸੀ, ਇਹ ਕਹਿ ਰਿਹਾ ਕਿ ਅਸੀਂ ਉਹਦੇ ਵਿੱਚ ਪਾਰਟੀਸਪੇਟ ਕਰ ਰਹੇ ਤੇ, ਉਸ ਟਾਈਮ ਸਾਡੇ ਤੇ ਦੂਜੇ ਗਰੁੱਪ ਨੇ ਆ ਕੇ ਹਮਲਾ ਕੀਤਾ ਵੀ ਅਸੀਂ ਤਾਂ ਕਾਂਗਰਸ ਦੀ ਰੈਲੀ 'ਚ ਜਾ ਰਹੇ ਸੀਗੇ। ਦੋਨੇ ਜਿਹੜੇ ਬੰਦੇ ਆ ਉਹ ਜਦੋਂ ਕਾਂਗਰਸ ਦੀ ਰੈਲੀ ਜਾ ਰਹੀ ਸੀ ਲੜਾਈ ਉਦੋਂ ਹੀ ਹੋਈ ਹੈ, ਲੇਕਿਨ ਉਸਦਾ ਕਿਸੇ ਪਾਰਟੀ ਵਾਈਜ਼ ਮਤਲਬ ਪੋਲੀਟੀਕਲ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ, ਇਹਨਾਂ ਦਾ ਆਪਸ 'ਚ ਸਟੂਡੈਂਟ ਦਾ ਆਪਸ 'ਚ ਗਰੁੱਪ ਤੋਂ ਹੀ ਹੁੰਦਾ ਸੀ। ਟੋਟਲ ਕਿੰਨੇ ਬੰਦੇ ਜ਼ਖਮੀ ਹੋਏ ਔਰ ਉਹਨਾਂ 'ਤੇ ਕੀ ਸੱਟਾਂ ਲੱਗੀਆਂ ਸਰ? ਇਹਨਾਂ 'ਚੋਂ 3 ਬੰਦੇ ਦਾਖਲਾ, 2 ਇੱਕ ਗਰੁੱਪ ਦੇ ਦਾਖਲਾ, ਇੱਕ ਗਰੁੱਪ ਦੇ ਦਾਖਲਾ। ਹਾਂਜੀ, ਉਹਨਾਂ 3 ਦੇ ਸ਼ਾਰਪ ਸੱਟਾਂ ਨੇ। ਅੱਛਾ, ਸੱਟਾਂ ਦੇ ਮੁਤਾਬਕ ਜਿਹੜਾ ਥਾਣਾ ਪੁਲਿਸ ਲੋਕਲ ਨਗਰ ਪੁਲਿਸ ਆ ਉਹ ਕਾਰਵਾਈ ਕਰਨ ਜਾ ਰਹੀ ਹੈ। ਦੇਖਿਆ ਜਾਵੇ ਜਿਵੇਂ ਜਿਵੇਂ ਪੰਜਾਬ ਦੀਆਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ, ਉਵੇਂ ਹੀ ਸਿਆਸਤ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ, ਪਰ ਗੁੱਟ ਬੰਦਿਆਂ 'ਚ ਲੜਾਈ ਹੋਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਨੇ। ਰੋਪੜ ਤੋਂ ਮਨਜੀਤ ਸਿੰਘ ਲਾਡੀ ਦੀ ਰਿਪੋਰਟ, ਚੈਨਲ ਪੰਜਾਬ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ। ਇਟਸ ਕੂਲ ਟੂ ਬੀ ਪੰਜਾਬੀ।